ਸਤਿਕਾਰ ਜੀ ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ ਖੋਨ ਵਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਸੀਗੇ ਕਿੱਥੇ ਚੱਲੇ ਆ ਓਏ ਸਦੌੜ ਪਹਿਲਾਂ ਸਦੌੜ ਚੱਲੇ ਆ ਫਿਰ ਤੁਹਾਨੂੰ ਲਵੀ ਨਾਲ ਬੁਲਾਉਂਦੇ ਆ ਲਵੀ ਹੈਗਾ ਛਪਾਰ ਤੇ ਤੁਹਾਨੂੰ ਕਹਿੰਦਾ ਮੇਰੇ ਕੋਈ ਚੀਜ਼ ਨਹੀਂ ਹੈਗੀ ਲੈ ਕੇ ਆਉਣ ਨੂੰ ਅਸੀਂ ਕਿਹਾ ਵੀ ਚੱਲ ਕੋਈ ਨਾ ਅਸੀਂ ਕਿਹਾ ਵੀ ਆ ਗਏ ਫਿਰ ਲੂਨਾ ਲੈ ਕੇ ਸਾਰੇ ਕਹਿੰਦੇ ਸੀ ਨਾ ਨਵੀਂ ਗੱਡੀ ਲੈ ਲਓ ਨਵੀਂ ਗੱਡੀ ਲੈ ਲਓ ਸਰਪ੍ਰਾਈਜ਼ ਦਵਾਂਗੇ ਕੱਲੂ ਨਹੀਂ ਹਜੇ ਰੋਕ ਕੇ ਦਵਾਂਗੇ ਥੋੜਾ ਇੱਕ ਦੋ ਦਿਨ ਸੂਨ ਹਾਂ ਆ ਦੇਖੀ ਦੇਖੀ ਤੇ ਲੂਨਾ ਆਪਣੀ ਦੇਖੋ ਤੁਸੀਂ ਚਾਚੇ ਨੇ ਸਾਂਭ ਕੇ ਰੱਖੀ ਸਾਂਭ ਕੇ ਦੇਖੋ ਕਿਵੇਂ ਰੱਖੀ ਹੋਈ ਸਾਂਭ ਕੇ ਦੇਖੋ ਉਹ ਆਉਂਦਾ ਭੱਜਿਆ ਰੇਸ ਲਾਉਂਦਾ ਆਉਂਦਾ ਲਾਉਣੀ ਆ ਰੇਸ ਆ ਜਾ ਤੇ ਹੁਣ ਅਸੀਂ ਚੱਲੇ ਹਾਂ ਦੌੜ ਆਵਾਜ਼ ਕਾਹਦੀ ਕਰਦੀ ਹੈ ਆ ਦੇ ਕੰਮ ਕਰਾਉਣੇ ਆ ਯੂ ਖੋਲ ਕੇ ਉੱਚਾ ਕਰਾਉਣਾ ਆਪਾਂ ਹਨਾ ਜਿਵੇਂ ਤੁਹਾਨੂੰ ਪਤਾ ਹੀ ਪਿਛਲੇ ਲੋਕ ਚੋਪਾ ਇੱਥੇ ਖੜਾ ਗਏ ਸੀਗੇ ਫੋਰਡ ਤੇ ਦੇਖੋ ਤੁਸੀਂ ਘੈਂਟ ਆ ਗੱਲਬਾਤ ਪੂਰੀ ਸਾਨੂੰ ਐਸੀ ਲਵੀ ਦਾ ਫੋਨ ਲਵੀ ਕਹਿੰਦਾ ਮੈਨੂੰ ਬਿਠਾ ਕੇ ਲੈ ਜਾਓ ਤੇ ਹੁਣ ਅਸੀਂ ਲਵੀ ਨੂੰ ਬਿਠਾਉਣ ਚੱਲੇ ਪਤਾ ਜੀ ਕਿੱਥੇ ਚੱਲੇ ਆ ਪਾਲੀ ਦੂਰ ਇਹ ਚਲੀ ਜਾਊਗੀ ਬਾਈ ਇਹ ਇਹ ਪਹੁੰਚ ਜਾਊਗਾ ਇਹ ਲੂਨਾ ਮੇਲਾ ਕਹਿੰਦੇ ਛਪਾਰ ਦਾ ਮਸ਼ਹੂਰ ਆ ਸੀ ਛਪਾਰ ਦੀ ਧਰਤੀ ਜਾਣਾ ਉੱਥੇ ਨੇ ਉੱਥੇ ਲਵੀ ਦੇ ਨਾਨਕੇ ਨੇਗੇ ਤੇ ਤਾਂ ਕਰਕੇ ਆਪਾਂ ਉੱਥੇ ਜਾਣਾ ਛਪਾਰ ਦੀ ਧਰਤੀ ਤੇ ਲੂਨਾ ਛਪਾਰ ਦੀ ਧਰਤੀ ਤੇ ਲੂਨਾ ਪਤਾ ਨਹੀਂ ਪਹੁੰਚੂ ਕਿ ਨਹੀਂ ਪਹੁੰਚੂ ਤੇ ਦੇਖਦੇ ਆਂਗੇ ਚਲੋ ਇਹਨੂੰ ਲੈ ਕੇ ਇਹ ਵੀ ਸਰਪ੍ਰਾਈਜ਼ ਆ ਸਰਪ੍ਰਾਈਜ਼ ਆ ਉਹ ਕਹਿੰਦੇ ਲੂਨਾ ਮੋਡੀਫਾਈ ਕਰਾ ਰਹੀ ਆ ਆਪਾਂ ਟੀਵੀ ਦਾ ਬੋਰਡ ਹੋ ਗਿਆਗਾ ਆਹ ਟੀਵੀ ਅਪਡੇਟ ਕਰਾ ਕੇ ਆਪਾਂ ਟੀਵੀ ਸੁਣਾ ਰਹੇ ਆ ਸਰਪ੍ਰਾਈਜ਼ ਸੀ ਸੁਣ ਕੇ ਆਈ ਨਾ ਹੁਣ ਕੱਲ ਨੂੰ ਵੀ ਗੱਡੀ ਆ ਸਰਪ੍ਰਾਈਜ਼ ਹੋ i20 ਤੋਂ ਬਣੂਗੀ ਕੋਈ ਹੋਰ ਗੱਡੀ ਦੇਖਿਓ ਤੁਸੀਂ ਬਸ ਸਰਪ੍ਰਾਈਜ਼ ਹੀ ਸਰਪ੍ਰਾਈਜ਼ ਨੇ ਸਹੀ ਗੱਲ ਆ ਆ ਇਹ ਗੱਡੀਆਂ ਹੋਰ ਬਣ ਗਈਆਂ ਬਣਾਤਾ ਦੇਖੋ ਝੂਟਾ ਟੀਵੀਐਸ ਮਿਸਤਰੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਤੇ ਛਪਾਰ ਚੱਲੇ ਅਸੀਂ ਲਓ ਜੀ ਕਹਿੰਦੇ ਛਪਾਰ ਪਹੁੰਚ ਗਏ ਤੇ ਪੋਲਿਊਸ਼ਨ ਬਹੁਤ ਆਇਆ ਲਵੀ ਸ਼ਾਹ ਕਿੱਥੇ ਆ ਕਹਿੰਦੇ ਟੀਵੀਐਸ ਪਹੁੰਚ ਚੁੱਕੇ ਆ ਮੋਡੀਫਾਈ ਲੂਨਾ ਮੇਰਾ ਕਹਿਣ ਦਾ ਮਤਲਬ ਧੁੱਪ ਨਿਕਲ ਆਈ ਵੀਰੇ ਸਾਰਿਆਂ ਨੂੰ ਵਧਾਈਆਂ ਹੁਣ ਧੁੱਪ ਨਿਕਲੀ ਦੀਆਂ ਤੇ ਹੁਣ ਲਵੀ ਨੂੰ ਮਿਲਦੇ ਹਾਂ ਆਪਾਂ ਇੱਥੇ ਅੱਡੇ 'ਚ ਖੜਾ ਬਾਈ ਉਹ ਕਹਿੰਦੇ ਮੁੰਡਾ ਆ ਗਿਆ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਮੈਨੂੰ ਮਿਲ ਪਿਆ ਸੀਗਾ ਇਹ ਤਾਂ ਮੈਨੂੰ ਏਅਰਪੋਰਟ ਦੀ ਦੁਬਾਰਾ ਮੈਂ ਏਅਰਪੋਰਟ ਤੇ ਮਿਲ ਗਏ ਸੀ ਮੁੰਡੇ ਕਹਿੰਦੇ ਚੱਲੀਏ ਫਿਰ ਬਾਹਰੋਂ ਆਇਆ ਨਹੀਂ ਬਾਹਰੋਂ ਆਇਆ ਤੁਹਾਨੂੰ ਯਾਦ ਸੀ ਇਹ ਬਾਹਰੋਂ ਆਇਆ ਤਾਂ ਹੀ ਬੈਗ ਰੱਖਦਾ ਇਹ ਮੈਂ ਐਲ ਵੀ ਦਾ ਮੈਂ ਖੋਹ ਨੂੰ ਫਿਰਦਾ ਇਹਦਾ ਬੈਗ ਮੈਂ ਤਾਂ ਖੋਹ ਨੂੰ ਫਿਰਦਾ ਇਹ ਆਦੇ ਮੈਂ ਤਾਂ ਵਿਚਾਲੇ ਬਹਿ ਕੇ ਜਾਊਂਗਾ ਮੁੰਡਾ ਆਪਦਾ ਹਲੇ ਗਿਆ ਟੀਵੀਐਸ ਓਕੇ ਬਾਈ ਥੈਂਕ ਯੂ ਹਰਪਿੰਦਰ ਜੀ ਲਓ ਜੀ ਆਪਾਂ ਹੁਣ ਟਰੈਕਟਰ ਕੋਲ ਆ ਗਏ ਤੇ ਆ ਬਾਈ ਨੇ ਨਾਟ ਖੋਲਤੇ ਮੈਂ ਲਾਤਾ ਦੇਖੋ ਹਾਂ ਖੁੱਲ ਗਏ ਸਾਰੇ ਨਾਟ ਖੋਲਤੇ ਖੁੱਲ ਗਈ ਵਾਸਰ ਲੱਗਭਗ ਹਾਂ ਆ ਦੇਖੋ ਮੋਟੈਲ ਵੀ ਦਾ ਬੈਗ ਹੋਇਆ ਸੋਹਣਾ ਲੱਗ ਰਿਹਾ ਭਾਜੀ ਨਾਟ ਨੂਟ ਖੋਲਤੇ ਹੁਣ ਪੱਤੀਆਂ ਪੁੱਤੀਆਂ ਕੱਢਤੀਆਂ ਤੇ ਆਪਾਂ ਲਾਉਣ ਲੱਗੇ ਇਹਨੂੰ ਹੁਣ ਤੇ ਆ ਇੱਧਰ ਲਾ ਕੇ ਫਿਰ ਦੇਖਦੇ ਹਾਂ ਮਿਸਤਰੀ ਕੀ ਕਹਿੰਦੇ ਹੈਗਾ ਵੀ ਕਿਵੇਂ ਕਰਨਾ ਗਾ ਹਨਾ ਤੇ ਫਿਰ ਆਪਾਂ ਦੇਖਦੇ ਹਾਂ ਉਦੋਂ ਲਾਉਣ ਲੱਗ ਗਏ ਲਓ ਜੀ ਭਾਰਾ ਬਹੁਤ ਆ ਨਾ ਓਏ ਹੈਵੀ ਆ ਨਾ ਹੈਵੀ ਇੰਨਾ ਭਾਰੀ ਨਹੀਂ ਹੈਗਾ ਲਓ ਜੀ ਜਿੰਨਾ ਤੂੰ ਕਹਿਤਾ ਵਲੌਗ ਚ ਹਣਾ ਇੰਨਾ ਭਾਰੀ ਨਹੀਂ ਹੈਗਾ ਜਿੰਨਾ ਤੂੰ ਵਲੌਗ ਚ ਕਹਤਾ ਠੀਕ ਹੈ ਜੀ ਸੌਰੀ ਬ੍ਰਦਰ ਗਲਤੀ ਹੋ ਗਈ ਇਹ ਆ ਪੱਟ ਲੈਣੀ ਆਪਾਂ ਥੱਲੇ ਹੋ ਨਾ ਪੱਤੀਆਂ ਹੀ ਆ ਤੇ ਕਾ ਪੱਤੀਆਂ ਵਟਣੀਆਂ ਪੈਣਗੀਆਂ ਆਪਾਂ ਨੂੰ ਠੀਕ ਆ ਹਾਂਜੀ ਆ ਹੀ ਵਟਣੀਆਂ ਪੈਣਗੀਆਂ ਆਹੀ ਵਟਣੇ ਲੈ ਕੇ ਮਿਲਾਵਾਂਗੇ ਆਪਾਂ ਦੇਖ ਕੇ ਜਿਹੜੀ ਉਹ ਲੈਤੀ ਉਹ ਕਾਰੇ ਪਾਸ ਇਹ ਤਾਂ ਪੇਟੀ ਚ ਗਲੀ ਵਟਣਾ ਕਿੱਥੋਂ ਆ ਇਹ ਵਟਣਾ ਕਿੱਥੋਂ ਆ ਇਹ ਜਿਹੜਾ ਤੂੰ ਕਹਿੰਦਾ ਵੀ ਵਟਣਾ ਮੜਾ ਕੱਟਣ ਨਾਲ ਇੱਥੋਂ ਥੱਲੋਂ ਉਰੋ ਲਓ ਜੀ ਆਹ ਟੋਟਾ ਪਿਆ ਗਾ ਆਪ ਕਰਤਾ ਜੀ ਮਿਸਤਰੀ ਨੇ ਤੇ ਆਹ ਪਿਆ ਗਾ ਇਹਦੇ ਨਾਲ ਲੱਗ ਜਾਣਾ ਗਾ ਤੇ ਇਹਨੇ ਅੱਜ ਸੁੰਦਰ ਵਿੱਚ ਕਿੰਨਾ ਫਰਕ ਪਊਗਾ ਹਾਂ ਦਿਖਾ ਦਿਓ ਪਹਿਲਾਂ ਇੰਨਾ ਸੀਗਾ ਠੀਕ ਆ ਹਾਂਜੀ ਤੇ ਹੁਣ ਆਪਾਂ ਡਬਲ ਕਰਤਾ ਦੇਖ ਇੰਨਾ ਫਰਕ ਪੈ ਗਿਆ ਇੰਨਾ ਫਰਕ ਪੈ ਜਾਣਾ ਹੁਣ ਗਿੱਠ ਹੋ ਗਈ ਇੱਕ ਹਾਂਜੀ ਇੱਕ ਗਿੱਠ ਦਾ ਫਰਕ ਪੈ ਗਿਆ ਠੀਕ ਹੈ ਜੀ ਇੰਨਾ ਉੱਚਾ ਹੋ ਜਾਣਾ ਉਹ ਕਿੰਨਾ ਉੱਚਾ ਹੋ ਜੂਗਾ ਨਾ ਤੇ ਡੱਕਾ ਜੀ ਵਟ ਕਰਨਾ ਫਿਰ ਉੱਥੇ ਜਦੋਂ ਕਿ ਨਹੀਂ
चल भी तेन कुलचे खवा के लेके सकने भी कर दांगे नाटक सी नी भरावा पया मूरे देखी ओ पे चख लिया नाट एसी हरपिंदर ला गए टोटा पाना पहले चे नील उची कर देनी नट पाते चलिए माड़ा फोटो फोटो खिच के खाली करता मुंडा हुण ट्रैक्टर बाहर कट्टण लग्गिया गा चल भाई चल क्या काटा ट्रैक्टर चौड़ा है क्या हुआ ब्रदर क्या हुआ ब्रदर स्पेस कम है भाई स्पेस कम है जी आप इतना मोटर बड़े करता पे मुंडा हुण इहदे विचों ट्रैक्टर कट्टण लग्गिया देख जा ड्राइवरी कहे ओ ड्राइवरी चेक हो रही है तेरी ओए ड्राइवरी चेक हो रही है ड्राइवरी चेक चल चल लो जी ट्रैक्टर बाहर कटता तो आप हम गेड़ी दिन चलते ना कुलचे खान चलते हैं ट्रैक्टर कहना कुलचे खान की टाइम पैना ट्रैक्टर कटे इन्होंने चल भी चल स्कूटी चक लिया मैं कर चलिया ब्रेकफास्ट तो आप ट्रैक्टर इतने खड़ाता फोड़ बई कैन पांच मिनट दो करके जे फिर है ना यू लग दिया फिर यू देख दे आप चल भाई चल यार बंदा ब्रेकफास्ट करके ही अभी ब्रेकफास्ट कर खा पी आए ना ना अड़ी ये ना चक तो बई हम लगे हुए थे यू है ना पत्तियां पत्तियां लाती ना लगे हुए थे उस जोड़ पट्टे जोड़ पट्ट के थले टोटा जोड़ दिया फिर बाद कुछ कहना लूना जोड़ देना की कहना मैंने आप नहीं पता लूना जोड़ देते भाई
दीदी दुकान ते नूर ने भेजा सीगा ते आपां स्प्रेयां लैणियां नेगियां ब्लैक साइन ब्लैक स्प्रेयां लैणियां ना लै लां हां साइन ब्लैक आ दई भाई यार साइन ब्लैक हैं ट्रैक्टर को मैं लवी नूं हाक मारदा आ जा भाई आ लूना अपनी आ जा चली आ लैनी स्प्रेयां आही ने हां लेट्स गो फॉर फॉर ट्रैक्टर को ओ जी हुण आपां गए ट्रैक्टर कोले ते आ बाई बैठे साडे आ लो बाई लिया दी स्प्रे थोनू ते आ भी रोडी स्प्रे ठीक है जी आ भी बाई स्प्रे रोडी कम करना ने जान लेना थल्ले नी पत्तियां बिलातियां पौधे च पईयां ते आ टोटा भी इत्थों इत्थों बड्डे आणा है आ देखो वेल्डिंग दी आ हम इत्थों ला के दोने टोटे फिर बड्डे लग जाने साडे बड्डे टोटे उधर पए आ ओ ला रहे आ गलबात बन जानी आ ते इनो तो मैं पेंट मंगा लिया सीगा पेंट अपना इत्थे पियागा ओ पिया मिस्त्री ने निशानियां लाइया मिणके देखण लग गए जमा आ भी 8 इंच आ भी जमा 8 इंच एक सूत देख जमा पूरा पूरा देख सही है जमा पूरा पूरा मेरा थले बड़े पैर बेल्ट करते छोटे लागे पहला एडे सी लंबी हो गई है थले जे पे अपने उतला लिया फिर अपना रोज गेड़िया मारा करेंगे बर्न आउट बनावा अपने यू का कम चली जाता मिस्त्री बेल्डिंग कर लगे हुआ है लेट हो जूंगा मैं इन्होंने कहता फोड़ घरे पहुंचा कर दो भी है ना
ਬਾਕੀ ਦੇਖ ਲਾਂਗੇ ਚਲੋ ਆਪਾਂ ਚੱਲੀਏ ਹੁਣ ਉਹ ਜੀ ਨੂਰ ਚਲਾ ਗਿਆ ਸੀ ਮਰੇ ਕੋਲ ਲੈ ਉਹਨੂੰ ਕੰਮ ਜਾਈ ਥੋੜਾ ਜਿਹਾ ਤੇ ਮੈਂ ਆਇਆਂਗਾ ਤੇ ਆਪਾਂ ਨਾ ਰਕਾਬ ਇਹਨੂੰ ਰਕਾਬ ਕਹਿੰਦੇ ਆ ਤੇ ਮਿਸਤਰੀ ਨੇ ਕਿਹਾ ਵੀ ਇੱਕ ਨਵੀਂ ਲਿਆਓ ਇੱਕ ਆ ਕਾਬਲੇ ਲੈ ਕੇ ਆਉਣੇ ਆ ਆਪਾਂ ਤੇ ਚਲੋ ਆਪਾਂ ਹੁਣ ਚੱਲਦੇ ਆ ਤੇ ਆਪਾਂ ਹਨਾ ਉਹ ਲੈ ਕੇ ਆਉਣੇ ਆ ਕਾਬਲੇ ਤੇ ਰਕਾਬ ਲੈ ਕੇ ਆਉਣੇ ਆ ਆਪਾਂ ਮਿਸਤਰੀ ਕਿੰਨੇ ਡੇਢ ਘੰਟੇ ਦਾ ਕੰਮ ਨਾ ਜੀ ਬਸ ਆਪਣਾ ਹਾਂ ਬੰਦਾ ਰਹੇ ਕੋਲੇ ਫੜ ਕੇ ਰੱਖਣਾ ਪੂਣਾ ਠੀਕ ਹੈ ਜੀ ਠੀਕ ਹੈ ਓਕੇ ਤੇ ਹਾਂਜੀ ਆਪਾਂ ਲਿਆਂਦੀ ਸੀ ਨਵੀਂ ਤੇ ਨਾਟ ਲਿਆਂਦੇ ਤੇ ਪੰਜ ਸਵੇਂ ਦੇ ਨਾਲ ਤੇ ਹੁਣ ਆਪਾਂ ਕਰਨ ਲੱਗਦੇ ਹਾਂ ਬਸ ਇਹਦੀ ਫਿਟਿੰਗ ਤੇ ਡੇਢ ਘੰਟਾ ਲੱਗੂ ਮਿਸਤਰੀ ਕਹਿੰਦੇ ਵੀ ਜਿਹੜੀ ਪਹਿਲਾਂ ਵਾਲੀ ਰਕਾਬ ਸੀਗੀ ਉਹ ਥੋੜੀ ਖਰਾਬ ਸੀਗੀ ਤੇ ਮਤਲਬ ਉਹ ਥੋੜੀ ਛੋਟੀ ਸੀ ਹੁਣ ਇਹ ਸਾਇਜ਼ ਥੋੜਾ ਜਿਹਾ ਵੱਡਾ ਲੈ ਕੇ ਆਇਆਂਗੇ ਤੇ ਹੁਣ ਇਹ ਥੋੜੀ ਜੀ ਖੁੱਲੀ ਹੈਗੀ ਤੇ ਇਹ ਤੰਗ ਕਰਨੀ ਆਪਾਂ ਤੇ ਇਹਨੂੰ ਤੰਗ ਕਰ ਦੇਵਾਂਗੇ ਤੇ ਫਿਰ ਇੱਥੇ ਦੇਖਦੇ ਹਾਂ ਮਿਸਤਰੀ ਕਹਿੰਦਾ ਵੀ ਫਿਰ ਉਹਦਾ ਆਹ ਚੱਕ ਕੇ ਫਿਟਿੰਗ ਕਰਾਂਗੇ ਲਓ ਜੀ ਮਿਸਤਰੀ ਨੇ ਥੋੜ੍ਹੀ ਥੋੜ੍ਹੀ ਟੋਚੀ ਲਾਤੀ ਬਿਲਡਿੰਗ ਨਾਲ ਤੇ ਹੁਣ ਇਹ ਕੜੀਆਂ ਨੇਗੀਆਂ ਹਾਲੇ ਸਹੀ ਰੱਖ ਕੇ ਉਹ ਕਰਨਾ ਗਾ ਦੇਖੋ ਬਿਲਡਿੰਗ ਕਰ ਰਹੇ ਆ ਤੇ ਫਿਰ ਦੇਖਦੇ ਹਾਂ ਉਦੋਂ ਲਾ ਕੇ ਤੇ ਉਹ ਮਾਰਾਂਗੇ ਆਪਾਂ ਸਪਰੇ ਮਾਰਾਂਗੇ ਸ਼ਾਈਨ ਵਾਲੀ ਸਪਰੇ ਲਿਆਂਦੀ ਸੀਗੀ ਉਹ ਮਾਰਾਂਗੇ ਤੇ ਹਾਂਜੀ ਹੁਣ ਆਪਾਂ ਇਹ ਰੱਖਤਾ ਸੀ ਉੱਤੇ ਤੇ ਮਿਸਤਰੀ ਕੀ ਕਰਨਾ ਜੀ ਹੁਣ ਬਿਲਡਿੰਗ ਕਰਨੀ ਹੈ ਜੀ ਫਿਰ ਬਿਲਡਿੰਗ ਕਰਕੇ ਲਾ ਲੈਣਾ ਹੈ ਨਾ ਜੀ ਫਿਰ ਆਪਾਂ ਉੱਥੇ ਪੇਂਟ ਪਿਆ ਗਾ ਉਹ ਪੇਂਟ ਮਾਰਾਂਗੇ ਤੇ ਫਿਰ ਬਿਲਡ ਹੋਊ ਠੀਕ ਆ ਜੀ ਆਹ ਹੁਣ ਮੈਂ ਟੱਚ ਜੀ ਲਾਉਣੇ ਆ ਠੀਕ ਆ ਜੀ ਠੀਕ ਆ ਮੇਰੇ ਕੋਲੇ ਪਹੁੰਚ ਗਿਆ ਮਿਲੋ ਮਾਮੇ ਨੂੰ ਹਾਂ ਮਾਮਾ ਕੀ ਹਾਲ ਆ ਫਿਰ ਹਾਂ ਵਧੀਆ ਮਿਲੋ ਚਾਚਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ मामे दी एज पता कितनी है 28 बाई 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 के रख ला जायज जा कर लाने काम चलिए फिर मेरे तेन घर ट्रैक्टर दिखा के लिए ट्रैक्टर दिखा के लिए चलो चल दे कोई ना ਮਹਾਰਾਜ ਬੁਲਟ ਦਾ ਕੁਝ ਸੈੱਟ ਕਰਨ ਲੱਗਿਆ ਸੀ ਚਲੋ ਆਏ ਅੰਦਰ ਚੱਲੀਏ ਲਓ ਜੀ ਇਹ ਇਹਨੂੰ ਡੌਗ ਦਾ ਬਾਲਾ ਹੁੰਦਾ ਗਾ ਇਹ ਕਹਿੰਦਾ ਮੈਂ ਡੌਗ ਦਿਖਾਉਣਾਗਾ ਹੈ ਜੋਰੇ ਦੰਦੀ ਵੱਢਦਾ ਉਹ ਆਪਾਂ ਆਪਾਂ ਉੱਥੇ ਝਨੇਰ ਦੂਜਾ ਲਿਆਵਾਂਗੇ ਆਪਾਂ ਛੋਟਾ ਲਿਆਵਾਂਗੇ ਝਨੇਰ ਠੀਕ ਆ ਤੂੰ ਸਾਂਭ ਲੇਗਾ ਫਿਰ ਉਹਨੂੰ ਆ ਸੀਗਾ ਦੇਖ ਨਾ ਨਾ ਹੱਥ ਨਾ ਕੀ ਖਵਾਇਆ ਤੈਂ ਹੱਥ ਨਾ ਹੋਲੇ ਕਰ ਪਤਾ ਕਿੰਨੇ 6 ਇੰਜੈਕਸ਼ਨ ਲੱਗਣਗੇ ਕਰਤਾ ਹੈ ਓਕੇ ਰਿਪੋਰਟ ਇਹ ਨਾਰਮਲ ਕਰਤਾ ਆਪਾਂ ਪਹਿਲਾਂ ਤਾਂ ਬਾਜ ਖੋ ਵੀ ਹੋ ਗਿਆ ਰੜਾ ਜਿਆ ਹਾਏ ਹਾਏ ਇਹਦੀ ਯਾਰ ਸੈਟਿੰਗ ਪਹਿਲਾਂ ਆਊਟ ਕਰਿਆ ਹੋਇਆ ਸੀ ਇਹਦੀ ਬਾਜ ਬਣਾਉਣ ਖਾਤਰ ਹੁਣ ਆਪਾਂ ਨਾਰਮਲ ਕਰਤਾ ਇਹ ਜਮਾ ਨਾਰਮਲ ਕਰਤਾ ਹਾਂ ਹੁਣ ਦੇਖੋ ਮਿਸਿੰਗ ਮੂਵੀ ਮਾਰਦਾ ਵੀ ਇਹ ਆ ਕੇ ਦੇਖੋ ਇਹ ਮੁੱਟੂ ਹੁੰਦਾ ਕਿਹੜਾ ਕੱਢਣਾ ਜੋਰੇ ਤੈਂ ਚਲਾਉਣਾ ਬੁਲਟ ਹੈ ਕੋਈ ਨਾ ਆਪਾਂ ਚਲਾਵਾਂਗੇ ਕੱਢੀ ਕਿਹੜੇ ਫਿਰ ਬੁਲਟ ਤੇ ਆਪਾਂ ਟਰੈਕਟਰ ਤੇ ਕੱਢਾਂਗੇ ਦੋਹੇ ਠੀਕ ਆ ਆਪਾਂ ਟਰੈਕਟਰ ਤੇ ਕੱਢਾਂਗੇ ਹੁਣ ਦੇਖ ਉਹ ਦੇ ਤੂੰ ਤਾਂ ਉਹ ਚਲਾ ਜਾ ਕੇ ਸਕੂਟਰੀ ਇਲੈਕਟ੍ਰਿਕ ਬਿਜਲੀ ਵਾਲੀ ਐ ਕਰਕੇ ਉਹ ਵੜਦੇ ਗੇੜਾ ਚੱਲੀ ਆ ਜਾ ਚੱਲੀਏ ਜੋਰੇ ਫਰੈਂਡਸ ਹਾਂ ਤੇ ਅਸੀਂ ਆਏ ਸੀ ਬਸ ਹੁਣ ਜੋਰੇ ਨੂੰ ਲੈ ਕੇ ਜਾਣਾ ਨਾਲ ਤੇਰਾ ਤਾਂ ਨਾਪ ਦਵਾਉਣਾ ਜੋਰੇ ਹਾਂ ਤੇਰਾ ਕੁੜਤਾ ਪਿਆ ਮੈਂ ਬਣਵਾਉਣਾ ਆਪਾਂ ਕਿਵੇਂ ਫਿਰ ਹਾਂ ਕਿਵੇਂ ਫਿਰ ਹਾਂ ਇਹ ਕੁੜਤਾ ਤੇ ਕਿਹੜਾ ਕੱਢਣ ਚੱਲੇ ਆ ਉਹ ਚਾਚਾ ਤੇ ਜੋਰਾ ठंड ज ठंड ती लगती
ਲੋ ਜੀ ਅਸੀਂ ਵਰਨਾ ਮੈਂ ਵਰਨਾ 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 ਲੈ ਕੇ ਅਸੀਂ ਆ ਗਏ ਮਰੇ ਕੋਲ ਆ ਗਏ ਅਸੀਂ ਡਿਫੈਂਸ ਟੇਲਰ ਹਾਂ ਕੱਪੜੇ ਜਿਹੇ ਸਵਾਉਣੇ ਸੀਗੇ ਥੋੜੇ ਚਾਚੇ ਉਹਨਾਂ ਨੇ ਤੇ ਜੋਰੇ ਨੇ ਤੇ ਉਹ ਕਰਦੇ ਸੀ ਕੰਮ ਜਿਹਾ ਤੇ ਚਲੋ ਦੇਖਦੇ ਹਾਂ ਗੱਲਬਾਤ ਕਰਦੇ ਹਾਂ ਲਓ ਜੀ ਅਸੀਂ ਘਰੇ ਤਾਂ ਆ ਗਏ ਸੀ ਹੁਣ ਤਾਂ ਅਸੀਂ ਬੁਲਟ ਚੱਲ ਰਿਹਾ ਅਸੀਂ ਕਿਹਾ ਬੁਲਟ ਤਾਂ ਕਿਹੜੀ ਰਹੀ